ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਮਲਚਿੰਗ ਵਾਲੀ ਕਣਕ ਬਾਰੇ। ਝੋਨੇ ਵਾਲੀ ਜਗ੍ਹਾ 'ਤੇ ਜਿਹੜੀ ਮਲਚਿੰਗ ਵਿਧੀ ਦੇ ਤਹਿਤ ਆਪਾਂ ਕਣਕ ਬੀਜਦੇ ਹਾਂ ਉਹ ਆਪਾਂ ਤੁਹਾਨੂੰ ਕਿਸਾਨ ਨਾਲ ਮਿਲਾਵਾਂਗੇ। ਪਿੰਡ ਵਸੀਰ ਦੇ ਕੁਲਦੀਪ ਸਿੰਘ ਨੇ ਕਣਕ ਬੀਜੀ ਹੈ, ਪਹਿਲੀ ਵਾਰੀ ਉਹਨਾਂ ਨੇ ਕਣਕ ਬੀਜੀ ਹੈ ਅਤੇ ਵਾਹਵਾ ਵੱਡੇ ਏਰੀਏ ਦੇ ਵਿੱਚ ਬੀਜਤੀ, ਅਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਕੇ ਦੇਖਾਂਗੇ ਵੀ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ। ਵੀ ਬਹੁਤ ਲੋਕਾਂ ਨੇ ਕਣਕ ਬੀਜੀ ਹੈ, ਕਈ ਫੇਲ ਹੋ ਗਏ, ਕਈਆਂ ਦੇ ਵਧੀਆ ਹੋਈ, ਇਹਦੇ ਫਾਇਦੇ ਵੀ ਬਹੁਤ ਹੈ। ਅਤੇ ਕਈ ਵਾਰੀ ਜਦੋਂ ਕਿਸਾਨ ਕੋਈ ਗਲਤੀ ਰਹਿ ਜਾਂਦੀ ਹੈ ਆਪਣੇ ਤੋਂ ਤਾਂ ਉਹ ਕਣਕ ਖਰਾਬ ਹੋ ਜਾਂਦੀ ਹੈ, ਉੱਗਣ ਦੇ ਵਿੱਚ ਦਿੱਕਤ ਹੋ ਜਾਂਦੀ ਹੈ, ਉਹਦਾ ਘਾਟਾ ਵੀ ਕਿਸਾਨ ਵੀਰਾਂ ਨੂੰ ਬਹੁਤ ਲੱਗਦਾ ਹੈ। ਇਸ ਵਾਸਤੇ ਇਹਨਾਂ ਤੋਂ ਇਹਨਾਂ ਦੇ ਪਰਸਨਲ ਐਕਸਪੀਰੀਅੰਸ ਆਪਾਂ ਦੇਖਾਂਗੇ ਵੀ ਇਹਨਾਂ ਤੋਂ ਕੀ ਗਲਤੀ ਹੋਈ, ਕਿਵੇਂ ਇਹਨਾਂ ਦੀ ਕਣਕ ਹੈਗੀ, ਇਹਨਾਂ ਦੀ ਵਧੀਆ ਹੈ ਤਾਂ ਕਿਹੜੇ ਹਿਸਾਬ ਨਾਲ ਹੈ, ਜੇ ਜਿੱਥੇ ਇਹਨਾਂ ਦੀ ਮਾੜੀ ਹੈ ਤਾਂ ਉਹ ਕਾਹਤੋਂ ਮਾੜੀ ਰਹੀ, ਅਤੇ ਗਾਂਹ ਨੂੰ ਇਹਨਾਂ ਦੀ ਕੀ ਪਲਾਨਿੰਗ ਹੈ, ਇਸ ਬਾਰੇ ਆਪਾਂ ਸਾਰਾ ਪੁੱਛਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਬਾਈ ਤੁਸੀਂ ਕਿਹੜੀ ਕਿਹੜੀ ਵਰਾਇਟੀ ਬੀਜੀ ਹੈ? ਇਹ ਬਾਈ ਜੀ ਰਾਜਵਿੰਦਰ ਸਿੰਘ 222 ਹੈ, DBW 222 ਹਰਿਆਣੇ ਵਾਲਿਆਂ ਦੀ। ਹਾਂ, ਕਰਨਾਲ ਵਾਲਿਆਂ ਦੀ। ਅਤੇ ਇਹ ਤੁਸੀਂ ਮਲਚਿੰਗ ਵਿਧੀ ਤਹਿਤ ਬੀਜੀ ਹੈ, ਦੱਸੋ ਦਰਸ਼ਕਾਂ ਨੂੰ ਵੀ ਤੁਸੀਂ ਕਿਵੇਂ ਬੀਜੀ ਹੈ, ਕੀ ਕੀਤਾ ਇਸ 'ਤੇ? ਇਹ ਰਾਜਵਿੰਦਰ ਜੀ ਵੀ ਝੋਨਾ ਕੱਟ ਕੇ ਉਦੋਂ ਬਾਅਦ ਰੀਪਰ ਮਾਰ ਕੇ ਕਟਰ ਮਾਰ ਕੇ ਅਤੇ ਛਿੱਟਾ ਮਾਰ ਕੇ ਉਦੋਂ ਬਾਅਦ ਕੋਈ ਪਰਾਲੀ ਸੀਗੀ ਵਾਹਣ ਦੇ ਵਿੱਚ, ਉਹ ਢੇਰ ਟੂਰ ਇੱਧਰ ਉੱਧਰ ਖਿਲਾਰ ਕੇ ਅਤੇ ਇੱਕ ਜਿੱਥੇ ਕੋਈ ਕੱਟ ਸੀ ਇੱਕ ਦੂਜੇ ਥਾਂ ਚੱਕ ਕੇ ਪਾ ਕੇ ਅਤੇ ਉਦੋਂ ਬਾਅਦ ਪਾਣੀ ਲਾਤਾ। ਬੀਜ ਕਿੰਨਾ ਪਾਇਆ ਤੁਸੀਂ? ਬੀ ਪਾਇਆ ਰਾਜਵਿੰਦਰ ਵਿੱਚ 35 ਕਿਲੋ ਬੀ ਪਾਇਆ ਮੈਂ। 35 ਕਿਲੋ ਵਿੱਘੇ ਦਾ? ਹਾਂ, ਵਿੱਘੇ ਦਾ 35 ਕਿਲੋ। ਨੋਰਮਲ ਆਪਾਂ ਛਿੱਟੇ ਵਾਲੀ ਕਣਕ ਬੀਜੀਏ ਤਾਂ ਇੰਨਾ ਹੀ ਪਾਉਣੇ ਆ। ਹਾਂ, ਇੰਨਾ ਹੀ ਪਾਉਣੇ ਆ, ਕਿਉਂਕਿ ਵੈਸੇ ਉਵੇਂ ਜ਼ਿਆਦਾ ਪਾਤਾ ਨਾ ਵੀ ਕੋਈ ਪਰਾਲੀ ਦੇ ਵਿੱਚ ਕਣਕ ਰਹਿ ਨਾ ਜਾਵੇ, ਹੋਰ ਆ ਪਰਾਲੀ ਥੋੜ੍ਹੀ ਜ਼ਿਆਦਾ ਸੀ ਵਾਹਣ ਦੇ ਵਿੱਚ। ਪਹਿਲੀ ਵਾਰੀ ਬੀਜੀ ਸੀ, ਡਰ ਵੀ ਸੀਗਾ ਵੀ ਵੀ ਉਗਰੂ ਨਾ ਉਗਰੂ, ਕੋਈ ਬਾਈ ਚਾਂਸ ਜਿੱਥੇ ਕੋਈ ਪਰਾਲੀ ਜ਼ਿਆਦਾ ਰਹਿ ਜੇ ਤਾਂ ਕੋਈ ਬੀਬੂ ਜ਼ਿਆਦਾ ਹੋਵੇ ਤਾਂ ਕਣਕ ਦਾ ਡਰ ਨਹੀਂ ਰਹਿੰਦਾ, ਘੱਟ ਨਿਕਲ ਜਾਂਦੀ ਹੈ। ਅਤੇ ਤੁਸੀਂ ਪਹਿਲੀ ਵਾਰੀ 'ਚ ਕਿੰਨੇ ਵਿੱਘੇ ਬੀਜੀ ਹੋਈ ਹੈ ਮਲਚਿੰਗ ਵਿਧੀ ਦੇ ਤਹਿਤ? ਇਹ ਰਾਜਵਿੰਦਰ 12 ਕਿੱਲੇ ਥਾਂ ਹੈ। 12 ਕਿੱਲੇ? ਹਾਂ। ਵੈਸੇ ਆਪਾਂ ਦੇਖੀਏ ਤਾਂ ਕੋਈ ਵੀ ਕਿਸਾਨ ਹੈ ਇੱਕ ਵਿੱਘਾ ਵੀ ਜੇ ਨਵੀਂ ਤਕਨੀਕ ਨਾਲ ਕੁਛ ਕਰਦਾ ਤਾਂ ਬਹੁਤ ਡਰਦਾ, ਉਹਨੂੰ ਹੋਊਗਾ ਰਹਿੰਦਾ ਵੀ ਮਰ ਜਾਵਾਂਗੇ, ਕਣਕ ਬਿਨਾਂ ਰਹਿ ਜਾਵਾਂਗੇ। ਅਤੇ ਮਲਚਿੰਗ ਦੀ ਗੱਲ ਕਰ ਲਓ ਵੀ ਕੋਈ ਵੀ ਆਪਣੇ ਪਿੰਡ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਹੋਰ ਵੀ ਜਿਹੜੇ ਵੀ ਕਿਸਾਨ ਝੋਨਾ ਲਾਉਂਦੇ ਆ ਉਹ ਬੀਜ ਸਕਦੇ ਆ, ਵਿੱਘਾ ਵਿੱਘਾ ਜ਼ਰੂਰ ਬੀਜ ਸਕਦੇ ਆ। ਆਪਾਂ ਪਹਿਲਾਂ ਵਾਲੀਆਂ ਵੀਡੀਓ 'ਚ ਵੀ ਦੱਸਿਆ ਲੋਕਾਂ ਨੂੰ ਸਾਰਿਆਂ ਨੂੰ ਵੀ ਇੱਕ ਇੱਕ ਵਿੱਘਾ ਆਪਦੇ ਐਕਸਪੀਰੀਅੰਸ ਦੇ ਤੌਰ 'ਤੇ ਜ਼ਰੂਰ ਬੀਜੋ, ਉਹਦੇ 'ਚ ਘਾਟਾ ਵੀ ਪਿਆ ਤਾਂ ਕੋਈ ਬਾਹਲਾ ਨਹੀਂ ਪੈਣਾ ਗਾ ਅਤੇ ਉਹਦਾ ਫਾਇਦਾ ਆਪਾਂ ਨੂੰ ਅਗਲੇ ਵਾਰੀ ਜ਼ਿਆਦਾ ਹੋਜੂਗਾ। ਪਰ ਫਿਰ ਵੀ ਕਿਸਾਨਾਂ ਦੇ ਮਨ 'ਚ ਬਹੁਤ ਡਰ ਰਹਿੰਦਾ, ਯਾਰ ਪਤਾ ਨਹੀਂ ਆਪਾਂ ਕਣਕ ਬਿਨਾਂ ਹੀ ਰਹਿ ਜਾਵਾਂਗੇ। ਇਹਨਾਂ ਦਾ ਕਿੰਨਾ ਵੱਡਾ ਜਿਗਰਾ ਹੈਗਾ ਵੀ ਇਹਨਾਂ ਨੇ ਪਹਿਲੀ ਵਾਰੀ ਦੇ ਵਿੱਚ ਹੀ 12 ਵਿੱਘੇ ਕਣਕ ਬੀਜਤੀ। ਉਹ ਵੀ ਇਹ ਐਵੇਂ ਕਿਸਾਨ ਹੈ ਨਹੀਂ ਗੇ ਵੀ ਆਪਾਂ ਕਹਿੰਦੇ ਹਾਂ ਵੀ ਇੱਕ ਤਾਂ ਹੁੰਦਾ ਵੀ ਇਹਦੀ ਕੰਮ ਕਰਨ ਦੀ ਨੀਤ ਹੈ ਨਹੀਂ ਗੀ, ਯਾਰ ਇਹਨੇ ਤਾਂ ਛਿੱਟਾ ਮਾਰਤਾ ਅਤੇ ਇਹਨੇ ਬੀਜਤੀ। ਪਿੰਡ ਦੇ ਵਿੱਚੋਂ ਜਿਹੜੇ 4-5 ਪੂਰੇ ਸਿਰੇ ਦੇ ਕਿਸਾਨੀ ਕਰਦੇ ਹੁੰਦੇ ਆ ਕਿਸਾਨ, ਉਹਨਾਂ ਕਿਸਾਨਾਂ 'ਚ ਇਹਨਾਂ ਦਾ ਨਾਮ ਆਉਂਦਾ ਵੀ ਜਿਹੜੇ ਵੀ ਚੁੰਡੀਆਂ ਨਾਲ ਵੀ ਘਾਹ ਚੁੱਕ ਦਿੰਦੇ ਆ, ਪੱਟ ਦਿੰਦੇ ਆ ਉਹਦੇ ਵਾਹਣ ਦੇ ਵਿੱਚੋਂ, ਇਹਨਾਂ ਦੀ ਵੱਟ 'ਤੇ ਕਿਤੇ ਘਾਹ ਨਹੀਂ ਥਿਆਊਗਾ, ਤੁਹਾਨੂੰ ਖੜੀਆਂ ਵੱਟਾਂ ਥਿਆਉਣਗੀਆਂ। ਵੀ ਸ਼ੁਰੂ ਤੋਂ ਹੀ ਇਹਨਾਂ ਦਾ ਸਿਰੇ ਦਾ ਜ਼ਿਮੀਂਦਾਰ ਆਪਾਂ ਕਹਿ ਸਕਦੇ ਹਾਂ। ਅਤੇ ਇਹਨਾਂ ਨੇ ਮਲਚਿੰਗ ਵਿਧੀ ਦੇ ਤਹਿਤ 12 ਵਿੱਘੇ ਕਣਕ ਪਹਿਲੀ ਵਾਰ 'ਚ ਬੀਜੀ। ਪਹਿਲੀ ਵਾਰੀ 'ਚ ਕਣਕ ਬੀਜੀ ਇੰਨੇ ਵੱਡੇ ਏਰੀਏ 'ਚ, ਡਰ ਨਹੀਂ ਲੱਗਿਆ ਵੀ ਕਿਤੇ ਫੇਲ ਹੋ ਗਏ ਤਾਂ? ਨਹੀਂ, ਡਰ ਤਾਂ ਬਾਈ ਜੀ ਐਂ ਦੇਖੋ ਰਾਜਵਿੰਦਰ ਜੀ, ਡਰ ਤਾਂ ਦੇਖ ਵੀ ਥੋੜ੍ਹੀ ਜਿਹੀ ਬੰਦਾ ਆਪ ਕੇਅਰ ਕਰੇ ਤਾਂ ਡਰ ਡੋਰ ਵਾਲੀ ਤਾਂ ਇਹਦੇ ਵਿੱਚ ਕੋਈ ਐਡੀ ਵੱਡੀ ਕੋਈ ਕਹਾਣੀ ਹੈ ਨਹੀਂ। ਅਤੇ ਵੈਸੇ ਥੋੜ੍ਹਾ ਜਿਹਾ ਇੰਨਾ ਹੀ ਹੈ ਵੀ ਕਣਕ ਬੀਜਣ ਵੇਲੇ ਥੋੜ੍ਹੀ ਜਿਹੀ ਜ਼ਮੀਨ ਥੱਲੋਂ ਸੁੱਕੀ ਹੋਣੀ ਚਾਹੀਦੀ ਹੈ, ਨਵੀਂ ਨਾ ਹੋਵੇ ਜ਼ਮੀਨ ਦੇ ਵਿੱਚ, ਥੱਲੋਂ ਸੁੱਕਾ ਹੋਵੇ ਖੇਤ ਜਿਹੜਾ ਆਪਾਂ ਝੋਨੇ ਨੂੰ ਲਾਸਟ ਪਾਣੀ ਲਾਉਣਾ। ਹਾਂ, ਪਹਿਲਾਂ ਲਾ ਦਿਓ ਉਹਨੂੰ ਪਾਣੀ, ਅਤੇ ਜ਼ਮੀਨ ਦੇ ਵਿੱਚ ਥੋੜ੍ਹੀ ਜਿਹੀ ਨਵੀਂ ਨਾ ਹੋਵੇ, ਉੱਤੋਂ ਜ਼ਮੀਨ ਚਿੱਟੀ ਹੋਵੇ। ਠੀਕ ਹੈ। ਅਤੇ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਤੋਂ ਕੋਈ ਗਲਤੀ, ਤੁਹਾਡਾ ਇੱਕ ਪਲਾਟ ਇਹਦੇ ਵਿੱਚ ਮਾੜਾ ਵੀ ਰਹਿ ਗਿਆ, ਉਸ 'ਤੇ ਉੱਗੀ ਨਹੀਂ ਸੀ ਕਣਕ? ਹਾਂ ਬਾਈ ਜੀ, ਦੁਬਾਰੇ ਛਿੱਟਿਆ ਸੀ। ਅਤੇ ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕਾਹ ਤੋਂ ਮਾੜੀ ਰਹੀ, ਉਹ 'ਚ ਤੁਹਾਨੂੰ ਕੀ ਸੁਧਾਰ ਦੀ ਗੁੰਜਾਇਸ਼ ਲੱਗਦੀ ਹੈ ਵੀ ਕੀ ਕਰਨਾ ਚਾਹੀਦਾ ਕਿਸਾਨਾਂ ਨੂੰ? ਉਹ ਤਾਂ ਰਾਜਵਿੰਦਰ ਕੁਛ ਤਾਂ ਵੀ ਸਾਡੀ ਗਲਤੀ ਹੋਈ ਉਹਦੇ ਵਿੱਚ, ਮੈਨ ਗਲਤੀ ਤਾਂ ਹੋਈ ਹੈ ਵੀ ਇੱਕ ਤਾਂ ਪਲਾਟ ਇੱਧਰ ਸਾਈਡ 'ਤੇ ਪਨੀਰੀ ਬੀਜੀ ਵੀ ਸੀਗੀ, ਉੱਚਾ ਨੀਵਾਂ ਸੀਗਾ, ਅਤੇ ਕੁਛ ਪਰੇ ਸਾਈਡ 'ਤੇ ਧੋਰੀ ਖਾਲ ਆ ਗਿਆ ਅਤੇ ਪਾਣੀ ਪੂਣੀ ਨਿਕਲਦਾ ਰਿਹਾ ਉਹਦੇ ਵਿੱਚੋਂ, ਅਤੇ ਉਹਦੀ ਵਜ੍ਹਾ ਨਾਲ ਕਣਕ ਉਹਦੇ ਵਿੱਚ ਘੱਟ ਉੱਗ ਰਹੀ ਹੈ। ਬਾਕੀ ਇਹ ਜੀ ਕੋਈ ਗੱਲ ਨਹੀਂ, ਇੱਕ ਹੀ ਬੀਜ ਹੈ, ਇੱਕੋ ਹੀ ਖੇਤ ਹੈ, ਉਹਦੇ ਵਿੱਚ ਇਸੇ ਕਾਰਨ ਦੀ ਵਜ੍ਹਾ ਨਾਲ ਘੱਟ ਉੱਗ ਰਹੀ ਹੈ ਵੀ ਥੋੜ੍ਹਾ ਜਿਹਾ ਪਾਣੀ ਜ਼ਿਆਦਾ ਟਾਈਮ ਲੰਮੇ ਟਾਈਮ ਖੜਾ ਰਿਹਾ ਉਹਦੇ ਵਿੱਚ, ਉਹਦੀ ਵਜ੍ਹਾ ਨਾਲ ਦਾਣੇ ਥੱਲੋਂ ਖਰਾਬ ਹੋ ਗਏ।
ਤੇ ਫਿਰ ਵੀ ਓਵਰਆਲ ਤੁਹਾਡੀ ਕਣਕ ਅਸੀਂ ਵੀ ਦੇਖੀ ਹੈ ਵੀ ਬਹੁਤ ਸੋਹਣੀ ਕਣਕ ਹੈ ਵੀ ਸਿਰੇ ਦੀ ਕਣਕ ਹੈ ਆਸੇ ਪਾਸੇ ਦੇਖੀਏ ਤਾਂ ਇੱਦੋਂ ਕੋਈ ਤਕੜੀ ਕਣਕ ਮੈਨੂੰ ਨਹੀਂ ਦਿਖੀ ਗਿਆ ਇਸ ਟਾਈਮ ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਗਾਂਹ ਨੂੰ ਤੁਸੀਂ ਕਣਕ ਬੀਜੋਗੇ ਜਾਂ ਨਹੀਂ ਬੀਜਦੇ ਤੁਹਾਡਾ ਐਕਸਪੀਰੀਅੰਸ ਕੀ ਹੈ ਇਸ ਤੋਂ ਵੀ ਖੁਸ਼ ਹੋ ਕਿ ਨਹੀਂ ਹੋ ਨਹੀਂ ਬਾਈ ਜੀ ਖੁਸ਼ ਹੈ ਰਾਜਵਿੰਦਰ ਜੀ ਹੈ ਜੀ ਕੋਈ ਗੱਲ ਨਹੀਂ ਤੇ ਗਾਂਹ ਨੂੰ ਥੋੜ੍ਹਾ ਜਿਹਾ ਬਾਣ ਝੋਨੇ ਨੂੰ ਪਾਣੀ ਪਹਿਲਾਂ ਬੰਦ ਕਰਕੇ ਬਾਣ ਸੁੱਕਾ ਰੱਖ ਕੇ ਫਿਰ ਬੀਜਾਂਗੇ ਤੇ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਤੁਹਾਨੂੰ ਕਿੰਨਾ ਕੁ ਇਹਦੇ ਵਿੱਚ ਫਾਇਦਾ ਹੋ ਗਿਆ ਵੀ ਜਦੋਂ ਕਣਕ ਬੀਜੀ ਹੈ ਤੇ ਤੁਹਾਡੇ ਤੇਲ ਦੀ ਬੱਚਤ ਹੋਈ ਹੋਣੀ ਹੈ ਤੁਹਾਡੇ ਟਰੈਕਟਰ ਵੀ ਨਹੀਂ ਟੁੱਟਿਆ ਤੇ ਪਲੱਸ ਤੁਹਾਡੇ ਦਿਨ ਵੀ ਸੇਵ ਹੋਏ ਆ ਇਹਦੇ ਵਿੱਚ ਵੀ ਪਹਿਲਾਂ ਵੀ ਬੀਜ ਲਈ ਨਹੀਂ ਤਾਂ ਕੋਈ ਹਫ਼ਤੇ ਦਾ ਤਾਂ ਫਰਕ ਪੈ ਹੀ ਜਾਂਦਾ ਹੈ ਵੀ ਤੁਹਾਨੂੰ ਇਨ 12 ਵਿਘਿਆਂ ਦੇ ਵਿੱਚ ਤੁਸੀਂ ਕਿੰਨਾ ਖਰਚਾ ਕਰ ਦਿੰਦੇ ਜੇ ਮਲਚਿੰਗ ਵਿਧੀ ਦੇ ਤਹਿਤ ਨਾ ਬੀਜਦੇ ਤਾਂ 12 ਵਿਘਿਆਂ ਦੇ ਵਿੱਚ ਦੇਖ ਰਾਜਵਿੰਦਰ 30,000 ਰੁਪਏ ਦਾ ਤਾਂ ਡੀਜ਼ਲ ਹੈ 26,000 ਰੁਪਏ ਤੋਂ ਲੈ ਕੇ 30,000 ਰੁਪਏ ਦਾ ਡੀਜ਼ਲ ਬਲਦਾ ਇਹਦੇ ਵਿੱਚ ਆਏ ਸਾਲ ਤੁਸੀਂ ਆਏ ਸਾਲ ਤੇ ਬਾਕੀ ਕੋਈ ਕੁਛ ਵੀ ਆਖੀ ਜਾਵੇ ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ 10 ਵਾਰੀ 1 ਵਿਘੇ ਬੀਜ ਦੀ ਟਰੈਕਟਰ ਟੱਪਦਾ ਫਿਰ ਵਾਹਣ ਬਣਦਾ ਫਿਰ ਬਜਾਈ ਹੁੰਦੀ ਹੈ ਤੇ ਐਵੇਂ ਤਾਂ ਫਿਰ 2 ਵਾਰੀ ਤਵੀਆਂ ਮਾਰ ਕੇ ਬੀਜ ਦਿਓ ਦੇਖ ਜੇ ਤਾਂ ਬਜਾਈ ਕਰਨੀ ਹੈ ਤਾਂ ਵਾਹਣ ਫਿਰ ਤਾਂ ਸਾਫ਼ ਸੁਥਰਾ ਹੀ ਹੋਣਾ ਚਾਹੀਦਾ 30 ਲੀਟਰ ਡੀਜ਼ਲ ਹੋ ਗਿਆ 30,000 ਰੁਪਏ ਦਾ ਤੇ ਤੁਸੀਂ ਮੰਨੋ ਵੀ 1 ਦੇ ਉੱਤੇ ਕੋਈ ਹਰਬੀਸਾਈਡ ਆਪਾਂ ਸਪਰੇ ਨਹੀਂ ਕਰੀਗੀ ਇਹਦੇ ਉੱਤੇ ਕਰੀ ਨਹੀਂ ਜੀ ਹਰਬੀਸਾਈਡ ਦੇ ਉੱਤੇ ਕੋਈ ਸਪਰੇ ਨਹੀਂ ਕਰੀਗੀ ਮੰਨ ਲਓ 500 ਰੁਪਇਆ ਵਿਘਾ ਮੰਨ ਕੇ ਚੱਲੋ ਤਾਂ 6-7,000 ਰੁਪਏ ਦੀ ਸਪਰੇ ਤੇ ਕਰਵਾਈ ਮੰਨੋ ਬਾਕੀ ਉਹ ਵੀ ਜ਼ਰੂਰੀ ਨਹੀਂ 500 ਲਾ ਕੇ ਵੀ ਆਪਣਾ ਗੁੱਲੀ ਡੰਡਾ ਮਾਰੀ ਜਾਊਗਾ ਉਹ ਵੀ ਖੜਾ ਰਹਿ ਜਾਂਦਾ ਤੇ ਪਲੱਸ ਇਹਦੇ ਵਿੱਚ ਜਿਹੜੀ ਪਰਾਲੀ ਰਹੀ ਆ ਉਹਦੀ ਰੇਹ ਬਣੂਗੀ ਉਹਦਾ ਤੁਹਾਨੂੰ ਬਹੁਤ ਫਾਇਦਾ ਹੋਊਗਾ ਗਾਂਹ ਨੂੰ ਤੁਹਾਡੇ ਝੋਨੇ ਤੇ ਵੀ ਇਸ ਚੀਜ਼ ਦਾ ਪੂਰਾ ਫਰਕ ਰਹੂਗਾ ਹਾਂ ਉਹ ਤਾਂ ਦੇਖੋ ਆਏ ਨਾ ਵੀ ਜੋ ਇਹਦੇ ਵਿੱਚ ਮਟੀਰੀਅਲ ਪਰਾਲੀ ਦਾ ਪਿਆ ਉਹ ਜ਼ਮੀਨ ਦੇ ਵਿੱਚ ਹੀ ਹੈ ਗਲਿਆ ਆਉਣ ਵਾਲੇ ਟਾਈਮ 'ਚ ਹੋਰ ਗਲ ਜੂਗਾ ਮੰਨ ਲਾ ਹੁਣ ਅੱਜ ਲਾਸਟ ਪਾਣੀ ਲਾਇਆ ਇਹਨੂੰ ਤੇ ਜਿੰਨਾ ਵੀ ਇਹਦੇ ਵਿੱਚ 3-4 ਪਾਣੀ ਲਾ ਤੇ ਐਨ ਜਮ੍ਹਾਂ ਪਾਣੀ ਲਾਏ ਬਾਅਦ 24 ਘੰਟਿਆਂ ਬਾਅਦ ਰਾਜਵਿੰਦਰ ਐਨ ਪਾਣੀ ਕਾਲਾ ਹੋ ਜਾਂਦਾ ਸੀਗਾ ਹਾਂ ਜਿਹੜਾ ਕਾਲਾ ਪਾਣੀ ਹੁੰਦਾ ਤਾਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਵੀ ਰੂੜੀਆਂ 'ਚ ਜਿਵੇਂ ਦਾ ਪਾਣੀ ਰੂੜੀ ਹਾਂ ਜਿਵੇਂ ਆਪਾਂ ਰੂੜੀ ਦੇ ਆਲੇ ਦੁਆਲੇ ਪਾਣੀ ਖੜਾ ਰਹਿੰਦਾ ਉਹ ਸੇਮ ਉਹੀ ਕੰਡੀਸ਼ਨ ਹੋ ਜਾਂਦੀ ਸੀ ਪਾਣੀ ਦੀ ਤੇ ਪਲੱਸ ਇਹਦੇ ਵਿੱਚ ਵੀ ਰੇਹ ਬਹੁਤ ਬਣਦੀ ਹੈ ਪਰਾਲੀ ਰਹੂਗੀ ਅਗਲੇ ਸਾਲ ਉਹੀ ਆਪਾਂ ਝੋਨਾ ਬੀਜਾਂਗੇ ਉਸ ਚੀਜ਼ ਦਾ ਵੀ ਆਪਾਂ ਨੂੰ ਫਾਇਦਾ ਮਿਲੂਗਾ ਤੇ ਬਾਕੀ ਉਹ ਵੀ ਹੁਣ ਤੁਸੀਂ ਮੰਨੋ ਵੀ ਹੁਣ ਅੱਗੇ ਗਰਮ ਦਿਨ ਆਈ ਜਾਂਦੇ ਆ ਪਰਾਲੀ ਪਈ ਹੈ ਤੇ ਜ਼ਮੀਨ ਦਾ ਮੌਇਸਚਰ ਵੀ ਇਹ ਮੇਨਟੇਨ ਕਰਕੇ ਰੱਖਦੀ ਹੈ ਮਤਲਬ ਉਹ ਹੀਟ ਨਹੀਂ ਲੱਗਣ ਦਿੰਦੀ ਕਣਕ ਨੂੰ ਵੀ ਗਰਮੀ ਨਾਲ ਜਿਹੜਾ ਆਪਣਾ ਝਾੜ ਮਰ ਜਾਂਦਾ ਹੁੰਦਾ ਉਹ ਵੀ ਆਪਣੇ ਘੱਟ ਨੁਕਸਾਨ ਹੁੰਦਾ ਉਸ ਚੀਜ਼ ਦਾ ਜ਼ਿਆਦਾ ਬੈਨੀਫਿਟ ਹੈ ਇਹਦੇ ਵਿੱਚ ਪਲੱਸ ਆਪਾਂ ਜਿਹੜੀ ਕਣਕ ਬੀਜਦੇ ਹਾਂ ਮੰਨ ਕੇ ਚਲੋ ਹਫ਼ਤਾ ਤਾਂ ਆਪਣੀ ਸਿੱਧੀ ਅਗੇਤੀ ਹੋ ਜਾਂਦੀ ਹੈ 10 ਦਿਨਾਂ ਦਾ ਫਰਕ ਪੈਂਦਾ ਰਾਜਵਿੰਦਰ ਜੀ ਪੂਰੇ 10 ਦਿਨ ਪਲੱਸ ਉਦੋਂ ਕਣਕਾਂ ਕਰੁੰਡ ਵੀ ਹੁੰਨੀਆਂ ਮੀਂਹ ਵੀ ਆ ਜਾਂਦਾ ਮਾੜਾ ਮੋਟਾ ਉਸ ਚੀਜ਼ ਦਾ ਵੀ ਇੱਥੇ ਕੋਈ ਪ੍ਰਭਾਵ ਨਹੀਂ ਕੋਈ ਫਰਕ ਨਹੀਂ ਇਸ ਚੀਜ਼ ਤੇ ਇਸ ਚੀਜ਼ ਦਾ ਆਪਾਂ ਨੂੰ ਬਸ ਸਿਰਫ 1 ਦਿਨ ਹੀ 1 ਤਾਂ ਛਿੱਟਾ ਵਧੀਆ ਲੱਗੇ ਹਾਂ ਤੇ ਪਲੱਸ ਵੀ ਜਿਹੜਾ ਆਪਾਂ ਰੀਪਰ ਫੇਰਨਾ ਉਹ ਸਹੀ ਤਰੀਕੇ ਨਾਲ ਥੋੜਾ ਜਿਹਾ ਚੱਕ ਕੇ ਫੇਰੀਏ ਤੇ ਸਾਰਿਆਂ ਤੋਂ ਵੱਡੀ ਮੈਨੇਜਮੈਂਟ ਹੈ ਪਾਣੀ ਦੀ ਪਾਣੀ ਆਪਣਾ 1 ਦਿਨ ਤੋਂ ਵੱਧ ਨਾ ਖੜੇ ਪਾਣੀ 1 ਦਿਨ ਤੋਂ ਵੱਧ ਨਾ ਖੜੇ ਤੇ ਬਸ ਮੈਨ ਕਾਰਨ ਤਾਂ ਛਿੱਟੇ ਵਾਲੇ ਬੰਦੇ ਵਧੀਆ ਹੋਣੇ ਚਾਹੀਦੇ ਆ ਵੀ 2 ਵਾਰੀ 'ਚ ਛਿੱਟਾ ਮਾਰੇ ਚੇ 3 ਵਾਰੀ 'ਚ ਮਾਰਦੇ ਵੀ ਮੰਨ ਲੈ ਸਾਈਡ ਕਿਸੇ ਵੀ ਆਸੇ ਪਾਸੇ ਵਿਚਦੀ ਆ ਜਾਂਦੇ ਆ ਜਾਂ ਹੋਰ ਆ ਥਾਂ ਨਹੀਂ ਰਹਿਣਾ ਚਾਹੀਦਾ ਠੀਕ ਹੈ ਜੀ ਕੁਲਦੀਪ ਭਾਈ ਮਿਹਰਬਾਨੀ ਤੁਹਾਡੀ ਸਤਿ ਸ਼੍ਰੀ ਅਕਾਲ ਭਾਈ ਜੀ ਠੀਕ ਹੈ ਜੀ